ਬੋਲ ਬਾਣੀ ਜਿਹੜੀ ਹੈ ਇਨਸਾਨ ਦਾ ਗਹਿਣਾ ਹੁੰਦੀ ਹੈ ਜਦੋਂ ਕੋਈ ਇਨਸਾਨ ਬੋਲਦਾ ਤੇ ਪਤਾ ਲੱਗਦਾ ਵੀ ਉਹ ਕਿੰਨੇ ਕੁ ਲੈਵਲ ਤੇ ਹੈ ਇੱਥੇ ਮੈਂ ਤੁਹਾਨੂੰ ਇੱਕ ਨਾ ਇੱਕ ਬਹੁਤ ਵਧੀਆ ਗੱਲ ਸੁਣਾਉਣੀ ਚਾਹਣਾ ਜੀ ਜੀ ਬੋਲ ਬਾਣੀ ਤੋਂ ਹੂੰ ਹੂੰ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਹੋ ਜੀ ਕਿਤੇ ਕਿ ਤੁਹਾਡੇ ਸੰਸਕਾਰਾਂ ਤੋਂ ਤੁਹਾਡੀ ਬੋਲ ਬਾਣੀ ਦਾ ਪਤਾ ਲੱਗਦਾ ਠੀਕ ਹੈ ਨਾ ਔਰ ਤੁਹਾਡੀ ਬੋਲ ਬਾਣੀ ਤੋਂ ਤੁਹਾਡੇ ਟੱਬਰ ਦਾ ਪਰਿਵਾਰ ਦਾ ਸਾਰਿਆਂ ਦਾ ਖਾਨਦਾਨ ਦਾ ਪਤਾ ਲੱਗ ਜਾਂਦਾ ਹੈ ਜੇਕਰ ਤੁਹਾਡੇ ਸੰਸਕਾਰ ਚੰਗੇ ਨੇ ਤੁਹਾਡੀ ਬੋਲਬਾਣੀ ਚੰਗੀ ਹੋਗੀ ਤੁਹਾਡੀ ਪਰਵਰਿਸ਼ ਚੰਗੀ ਹੋਈ ਹੈ ਤੇ ਤੁਹਾਡਾ ਟੱਬਰ ਜਿਹੜਾ ਆ ਉਹ ਵੀ ਆਪਣੇ ਆਪ ਦੇ ਵਿੱਚ ਚੰਗਾ ਲੋਕਾਂ ਦੇ ਵੱਲੋਂ ਗਿਣਿਆ ਜਾਊਗਾ ਜੀ ਇੱਥੋਂ ਹੀ ਪਤਾ ਲੱਗ ਜਾਂਦਾ ਜੇਕਰ ਕੋਈ ਨਾ ਬੰਦਾ ਮਾੜਾ ਬੋਲਦਾ ਹੋਵੇ ਤੇ ਲੋਕੀ ਕਹਿੰਦੇ ਨੇ ਯਾਰ ਇਹ ਮਾੜੇ ਟੱਬਰ ਦਾ ਬੰਦਾ ਹੈ ਜੀ ਹੈਨਾ ਇਹਦਾ ਖਾਨਦਾਨ ਹੀ ਚੰਗਾ ਲੋਕੀ ਅੱਜਕੱਲ ਖਾਨਦਾਨਾਂ ਤੱਕ ਜਾਂਦੇ ਨੇ ਜਦੋਂ ਕੁੜੀਆਂ ਮੁੰਡੇ ਵਿਆਹਦੇ ਨੇ ਸੋ ਇਸ ਕਰਕੇ ਸਾਨੂੰ ਬੋਲਬਾਣੀ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਤਵਜਹ ਦੇਣ ਦੀ ਲੋੜ ਹੈ ਪਰ ਇੱਥੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਿਹੜੇ ਸਿਆਸੀ ਲੀਡਰ ਨੇ ਇਹਨਾਂ ਦਾ ਟੱਬਰ ਕੀ ਹੈ ਇਹਨਾਂ ਦਾ ਪਿਛੋਕੜ ਕੀ ਹੈ ਕੋਈ ਇਹਨਾਂ ਨੂੰ ਕਿਉਂ ਨਹੀਂ ਵਰਜਦਾ ਕਿਉਂਕਿ ਇਹ ਆਪਣੀ ਮਰਿਆਦਾ ਆਪਣੀ ਭਾਸ਼ਾ ਦੇ ਉੱਪਰ ਜ਼ਰਾ ਵੀ ਤਵੱਜੋ ਨਹੀਂ ਦਿੰਦੇ ਹੁਣ ਜਿਵੇਂ ਜਿਵੇਂ ਵੋਟਾਂ ਦਾ ਮਾਹੌਲ ਹੈ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਔਰ ਇਹੋ ਜੀ ਬਿਆਨਬਾਜ਼ੀ ਹੈ ਇਸ ਹੱਦ ਤੱਕ ਡਿੱਗ ਜਾਂਦੇ ਨੇ ਤਾਜ਼ਾ ਤਾਜ਼ਾ ਘਟਨਾਕ੍ਰਮ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਪਹਿਲਾਂ ਵੀ ਕਿਹਾ ਗਿਆ ਕਿ ਬੋਲ ਪੜਾਕ ਨਹੀਂ ਉਹ ਬਹੁਤ ਜ਼ਿਆਦਾ ਬੋਲਦੇ ਨੇ ਔਰ ਮਰਿਆਦਾ ਦਾ ਧਿਆਨ ਨਹੀਂ ਰੱਖਦੇ ਹੁਣ ਵੀ ਉਹਨਾਂ ਨੇ ਸੁਖਬੀਰ ਬਾਦਲ ਹੋਰਾਂ ਬਾਰੇ ਕਿਹਾ ਕਿ ਇਹ ਤਾਂ ਸੁੱਖਾ ਗੱਪੀ ਸੁੱਖਾ ਅਮਲੀ ਪਤਾ ਨਹੀਂ ਕੀ ਕੀ ਕਹਿੰਦੇ ਰਹਿੰਦੇ ਨੇ ਉਹ ਵੀ ਇਹ ਫੁੱਟਬਾਲ ਖੇਡ ਰਿਆ ਸੀ ਇਦਾਂ ਲੱਗ ਰਿਹਾ ਸੀ ਇੱਕ ਫੁੱਟਬਾਲ ਦੂਜੇ ਬਾਲ ਨਾਲ ਖੇਡ ਰਿਹਾ ਹੈ ਡਾਇਨਾਸੌਰ ਧਰਤੀ ਤੇ ਆ ਜਾਣਗੇ ਪਰ ਜੀਜੇ ਸਾਰੇ ਦੀ ਜੋੜੀ ਕਦੇ ਨਹੀਂ ਆਏਗੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕਹਿੰਦੇ ਸੀ ਸੜਕਾਂ ਦੇ ਬੰਬ ਸੁੱਟ ਦਿਓ ਸੜਕਾਂ ਨਹੀਂ ਟੁੱਟਣਗੀਆਂ ਪਰ ਹੁਣ ਪਤਾ ਨਹੀਂ ਲੱਗਦਾ ਵੀ ਟੋਏ 'ਚ ਸੜਕ ਹੈ ਕਿ ਸੜਕ 'ਚ ਟੋਏ ਨੇ ਫਿਰ ਉਹ ਕਹਿੰਦੇ ਨੇ ਕਿ ਕੋਈ ਆਦਮੀ ਆਪਣੀ ਮੋਟੀ ਲੈ ਕੇ ਜਾ ਰਿਹਾ ਹੈ ਤੇ ਉਹ ਪਤਾ ਨਹੀਂ ਲੱਗਦਾ ਪਿੱਛੇ ਵੇਖ ਵੇਖਦਾ ਵੇਖਦਾ ਰਹਿ ਰਹਿ ਕੇ ਵੀ ਰਹਿ ਗਈ ਕਿ ਟਹਿ ਗਈ ਇਹ ਅਲਫਾਜ਼ ਇਹ ਲਫ਼ਜ਼ ਇਹ ਮਰਿਆਦਾ ਕਿਸ ਹੱਦ ਤੱਕ ਗਿਰ ਗਈ ਹੈ ਸਿਰਫ ਕਰ ਲੈ ਨਵਜੋਤ ਸਿੰਘ ਸਿੱਧੂ ਕਿਉਂ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਬੋਲਦੇ ਨੇ ਤੇ ਭਾਸ਼ਾ ਇੰਨੀ ਜ਼ਿਆਦਾ ਗਲਤ ਵਰਤਦੇ ਨੇ ਕਿ ਇਹ ਸਮਝ ਨਹੀਂ ਆਉਂਦਾ ਵੀ ਆਪਣੇ ਵੋਟਰਾਂ ਨੂੰ ਆਪਣੀ ਪੀੜ੍ਹੀ ਨੂੰ ਜਨਰੇਸ਼ਨ ਨੂੰ ਕੀ ਸਿਖਾਉਣਗੇ ਦੇਖੋ ਨਵਜੋਤ ਸਿੰਘ ਸਿੱਧੂ ਹੁਣੇ ਪ੍ਰਧਾਨ ਨੇ ਜੀ ਔਰ ਵੱਡੇ ਲੀਡਰ ਨੇ ਆਗੂ ਨੇ ਵੱਡਿਆਂ ਲੀਡਰਾਂ ਨੂੰ ਇੱਕ ਅਦਰਸ਼ ਹੋਣਾ ਚਾਹੀਦਾ ਹੈ ਦੂਸਰਿਆਂ ਦਾ ਛੋਟਿਆਂ ਦਾ ਛੋਟੇ ਉਹਨਾਂ ਵੱਲਾਂ ਦੇਖ ਦੇ ਕੇ ਕੀ ਕੰਮ ਕਰਨਗੇ ਕੀ ਸਿੱਖਣਗੇ ਸਿਆਸਤ ਦੇ ਵਿੱਚ ਵੀ ਆਦਰਸ਼ ਹੋਣੇ ਚਾਹੀਦੇ ਨੇ ਮੈਂ ਇੱਕ ਆਪਣਾ ਨਿੱਜੀ ਤਜਰਬਾ ਤੁਹਾਨੂੰ ਸਾਂਝਾ ਕਰਾਂ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮਰਹੂਮ ਆਈਕੇ ਗੁਜਰਾਲ ਸਾਹਿਬ ਜੀ ਉਹ ਸਾਡੇ ਪਿੰਡ ਉਹਨਾਂ ਦਾ ਦਫ਼ਤਰ ਖੁੱਲਾ ਸੀ ਉਦੋਂ ਹਮ ਮੈਂ ਉਹਨਾਂ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਫੀਤਾ ਕੱਟਣਾ ਸੀ ਨਾ ਉਹਨਾਂ ਦੇ ਸਾਹਮਣੇ ਉਹ ਥਾੜੀ ਦੇ ਵਿੱਚ ਮਿਸ਼ਰੀ ਜੀ ਪਾ ਕੇ ਤੇ ਖੜਾ ਸੀ ਜੀ ਤੇ ਉਸ ਤੋਂ ਬਾਅਦ ਜਦੋਂ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਅੰਕਲ لوک بڑے بولدے نے سارا ਕਹਿੰਦੇ ਨੇ ਇੱਕ ਦੂਸਰੇ ਨੂੰ ਨਿੰਦਦੇ ਨੇ ਹੂੰ ਤੁਸੀਂ ਵੀ ਥੋੜਾ ਜਿਹਾ ਤੱਤਾ ਹੋਇਆ ਕਰੋ ہاں ਵੀ ਤੁਹਾਡੇ ਖਿਲਾਫ ਬੋਲਦੇ ਤੁਸੀਂ ਬੋਲਿਆ ਕਰੋ ਉਹਨਾਂ ਦਾ ਜਵਾਬ ਸੁਣ ਕੇ ਨਾ ਮੈਂ ਅੱਜ ਤੱਕ ਉਸ ਫਲਸਫੀ ਨੂੰ ਫੋਲੋ ਕਰਦਾ ਹੂੰ ਉਹ ਕਹਿੰਦੇ ਨੇ ਕਿ ਜੇਕਰ ਅਸੀਂ ਲੋਕਾਂ ਨੂੰ ਨਿੰਦਣੇ ਤੁਰਪੈ ਤੇ ਆਪਣੇ ਬਾਰੇ ਕਦ ਦੱਸਣਾ ਜੀ ਆਪਣੀਆਂ ਅਸੀਂ ਨੀਤੀਆਂ ਕਦ ਦੱਸਣੀਆਂ ਅੱਧਾ ਘੰਟਾ ਉਹਨਾਂ ਨੂੰ ਨਿੰਦਣ ਤੇ ਲਾਵਾਂਗੇ ਅੱਧੇ ਘੰਟੇ ਦੇ ਵਿੱਚ ਅਸੀਂ ਆਪਣੀਆਂ ਪਾਲਸੀਆਂ ਨਹੀਂ ਦੱਸ ਸਕਦੇ ਬਿਲਕੁਲ ਸਹੀ ਸੇਮ ਸਵਾਲ ਉਹਨਾਂ ਲੀਡਰਾਂ ਨੂੰ ਆ ਕਿ ਤੁਸੀਂ ਜਿਹੜਾ ਲੋਕਾਂ ਨੂੰ ਨਿੰਦਦੇ ਫਿਰਦੇ ਹੋ ਤੁਸੀਂ ਉਹਨਾਂ ਨੂੰ ਨਿੰਦਣ ਦੀ ਬਜਾਏ ਆਪਣੀਆਂ ਪਾਲਿਸੀਆਂੇ ਦੱਸ ਸਕਦੇ ਜੇਕਰ ਨਵਜੋਤ ਸਿੰਘ ਸਿੱਧੂ ਨਹੀਂ ਕਹਿੰਦੇ ਆ ਕਿ ਸੜਕ ਐਸੀ ਹੈ ਕਿ ਬੰਦਾ ਸਕੂਟਰ ਲੈ ਕੇ ਜਾਂਦਾ ਹੈ ਉਹਦੀ ਘਰ ਵਾਲੀ ਨੂੰ ਬਾਰ-ਬਾਰ ਦੇਖਦਾ ਕਿ ਉਹ ਰਹਿ ਗਈ ਘਟਾ ਗਈ ਤਾਂ ਫਿਰ ਕਸੂਰ ਕਿਹਦਾ ਹੂੰ ਤੁਹਾਡੀ ਸਰਕਾਰ ਰਹੀ ਹੈ 5 ਸਾਲ ਦਾ ਸਮਾਂ ਹੋ ਗਿਆ ਉਹਨਾਂ 5 ਸਾਲਾਂ ਦੇ ਵਿੱਚ ਤੁਸੀਂ ਕੋਈ ਪੈਚਵਰਕ ਹੀ ਲਾ ਲਿੰਦੇ ਹੁਣ ਤੇ ਸਰਕਾਰ ਹੀ ਪੈਚਵਰਕ ਵਾਲੀ ਹੂੰ ਹੁਣ ਕਿੱਥੇ ਗਏ ਸੀ ਤੁਸੀਂ ਹੁਣ ਕਰਦੇ ਕੰਮ ਕੋਈ ਕਰਕੇ ਦਿਖਾਉਂਦੇ ਲੋਕਾਂ ਨੂੰ ਕੋਈ ਸੁੱਖ ਆਰਾਮ ਦਿੰਦੇ ਸਿੱਧੂ ਸਾਹਿਬ ਬੋਲਬਾਣੀ ਇਹ ਇੱਕ ਇਕੱਲੀ ਤੁਹਾਡੀ ਇਹ ਪਾਰਟੀ ਨੂੰ ਜਿਤਾ ਨਹੀਂ ਸਕਦੀ ਤੁਹਾਨੂੰ ਹੁਣ ਕੰਮ ਦਿਣਾਉਣੇ ਪੈਣਗੇ ਚਾਹੇ ਫੁੱਟਬਾਲ ਫੁੱਟਬਾਲ ਨਾ ਖੇਡੇ ਚਾਹੇ ਕੋਈ ਕਿਸੇ ਤਰ੍ਹਾਂ ਕੋਈ ਕੰਮ ਕਰੇ ਤੁਸੀਂ ਹੁਣ ਇਹ ਦੱਸੋ ਤੁਹਾਡੀਆਂ ਪਾਲਿਸੀਆਂ ਕੀ ਨੇ ਤੁਹਾਡੀਆਂ ਨੀਤੀਆਂ ਕੀ ਨੇ ਪੰਜਾਬ ਮਾਡਲ ਪੰਜਾਬ ਮਾਡਲ ਪੰਜਾਬ ਮਾਡਲ ਤੁਸੀਂ ਕਰੀ ਜਾ ਰਹੇ ਹੋ ਸਾਰੇ ਪੰਜਾਬ ਮਾਡਲ ਲੈ ਕੇ ਘੁੰਮਣੇ ਨੇ ਤੁਹਾਡਾ ਪੰਜਾਬ ਮਾਡਲ ਕੀ ਆ ਥੋੜਾ ਜਿਹਾ ਆਪਣੀ ਵਿਜ਼ਨ ਕਲੀਅਰ ਤਾਂ ਕਰੋ